ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਗਿੱਲ ਪੰਜਾਬੀ ਫੂਡ ਫੈਕਟਰੀ ਚੈਨਲ 'ਤੇ। ਅੱਜ ਆਪਾਂ ਮਸਾਲੇ ਵਾਲਾ ਨਿੰਬੂ ਪਾਣੀ ਬਣਾਵਾਂਗੇ ਅਤੇ ਇਹਦੇ ਲਈ ਆਪਾਂ ਨੂੰ ਸਮਾਨ ਚਾਹੀਦਾ, ਆਪਾਂ ਦੇਖ ਲੈਂਦੇ ਹਾਂ। ਅਤੇ ਆਈਸ ਕਿਊਬਸ ਚਾਹੀਦੇ ਨੇ ਆਪਾਂ ਨੂੰ, ਭੁੰਨੇ ਹੋਏ ਜੀਰੇ ਦਾ ਪਾਊਡਰ, ਕਾਲੀਆਂ ਮਿਰਚਾਂ, ਲੈਮਨ ਜੂਸ, ਲੈਮਨ ਸਲਾਈਸਿਸ ਅਤੇ ਚਿੱਟਾ ਨਮਕ। ਅਤੇ ਪਾਣੀ ਲਿਆ ਚਿਲਡ ਆਪਾਂ, ਚਾਟ ਮਸਾਲਾ ਲਿਆ ਅਤੇ ਕਾਲਾ ਨਮਕ ਲਿਆ, ਅਤੇ ਆਪਾਂ ਚਾਸ਼ਨੀ ਲੈਤੀ ਹੈ। ਚਾਸ਼ਨੀ ਪਹਿਲੇ ਤਿਆਰ ਕਰਕੇ ਰੱਖ ਲਈ ਸੀ ਆਪਾਂ, ਹੁਣ ਦੋ ਗਲਾਸਿਸ ਲੈ ਲੈਂਦੇ ਆਪਾਂ। ਇਹਦੇ ਵਿੱਚ ਚਾਸ਼ਨੀ ਹੈ ਜਿਹੜੀ ਟੇਸਟ ਅਕੋਰਡਿੰਗ ਪਾ ਦਿਆਂਗੇ। ਤੁਸੀਂ ਵੱਧ ਮਿੱਠਾ ਪਾਣੀ ਪੀਣਾ ਚਾਹੁੰਦੇ ਹੋ ਤਾਂ ਵੱਧ ਪਾ ਸਕਦੇ ਹੋ ਅਤੇ ਘੱਟ ਘੱਟ ਵੀ ਰੱਖ ਸਕਦੇ ਹੋ। ਤਾਂ ਮੈਂ ਇੱਥੇ 4 ਚਮਚ ਹੈ ਜਿਹੜੇ ਚਾਸ਼ਨੀ ਦੇ ਯੂਜ਼ ਕਰ ਰਹੀ ਹਾਂ। ਅਤੇ ਲੈਮਨ ਜੂਸ ਪਾ ਲਾਂਗੇ ਆਪਾਂ 1.5 ਚਮਚ, ਇਹ ਵੀ ਤੁਸੀਂ ਟੇਸਟ ਅਕੋਰਡਿੰਗ ਰੱਖ ਸਕਦੇ ਹੋ। ਜੇ ਤੁਸੀਂ ਜ਼ਿਆਦਾ ਖੱਟਾ ਪਾਣੀ ਪੀਣਾ ਚਾਹੁੰਦੇ ਹੋ ਲੈਮਨ ਵਾਲਾ, ਤਾਂ ਤੁਸੀਂ ਜਿਹੜਾ ਲੈਮਨ ਜੂਸ ਆ ਉਹਦਾ ਯੂਜ਼ ਵੱਧ ਕਰ ਲਓ ਅਤੇ ਚਾਸ਼ਨੀ ਦਾ ਘੱਟ। ਜੇ ਜ਼ਿਆਦਾ ਮਿੱਠਾ ਬਣਾਉਣਾ ਚਾਹੁੰਦੇ ਹੋ ਤਾਂ ਚਾਸ਼ਨੀ ਦਾ ਯੂਜ਼ ਜ਼ਿਆਦਾ ਕਰ ਲਓ ਅਤੇ ਲੈਮਨ ਜੂਸ ਦਾ ਘੱਟ ਯੂਜ਼ ਕਰ ਲਓ। ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਇਸ ਤਰ੍ਹਾਂ ਦੇ ਵਿੱਚ ਆਈਸ ਕਿਊਬਸ ਪਾ ਦਿਆਂਗੇ ਜੀ। ਆਈਸ ਕਿਊਬਸ ਵੀ ਤੁਸੀਂ ਸਕਿੱਪ ਕਰ ਸਕਦੇ ਹੋ ਜੇ ਨਹੀਂ ਪਾਉਣਾ ਚਾਹੁੰਦੇ, ਇਕੱਲਾ ਚਿਲਡ ਵਾਟਰ ਲੈ ਸਕਦੇ ਹੋ ਤੁਸੀਂ। ਬਟ ਇਹਦਾ ਕੀ ਹੈ ਕਿ ਗਰਮੀ ਬਹੁਤ ਜ਼ਿਆਦਾ ਫਰੈਂਡਸ, ਤਾਂ ਆਈਸ ਕਿਊਬਸ ਆਪਾਂ ਯੂਜ਼ ਕਰਾਂਗੇ। ਹੁਣ ਆਪਾਂ ਥੋੜ੍ਹਾ ਥੋੜ੍ਹਾ ਇਹਦੇ ਵਿੱਚ ਅੱਧੇ ਤੋਂ ਵੀ ਘੱਟ ਹੈ ਜਿਹੜਾ ਚਾਟ ਮਸਾਲੇ ਦਾ ਪਾਵਾਂਗੇ। ਫਿਰ ਇਹਦੇ ਵਿੱਚ ਆਪਾਂ ਕਾਲਾ ਨਮਕ ਪਾਵਾਂਗੇ ਜੀ, ਇਸ ਤਰ੍ਹਾਂ। ਕਈ ਤਰ੍ਹਾਂ ਦੇ ਨਮਕ ਅਤੇ ਮਸਾਲੇ ਯੂਜ਼ ਕਰ ਰਹੇ ਹਾਂ ਇਹਦੇ ਵਿੱਚ, ਇਸ ਲਈ ਇਹ ਮਸਾਲੇ ਵਾਲਾ ਨਿੰਬੂ ਪਾਣੀ ਹੈ ਜੀ, ਅਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ। ਅਤੇ ਹੁਣ ਇਹਦੇ ਵਿੱਚ ਜਿਹੜਾ ਚਿੱਟਾ ਨਮਕ ਆਪਣਾ ਉਹ ਪਾ ਲਾਂਗੇ ਆਪਾਂ ਥੋੜ੍ਹਾ ਥੋੜ੍ਹਾ। ਫਿਰ ਇਹਦੇ ਵਿੱਚ ਜਿਹੜੀਆਂ ਕਾਲੀਆਂ ਮਿਰਚਾਂ ਨੇ ਉਹ ਪਾ ਲਾਂਗੇ ਥੋੜ੍ਹੀਆਂ ਥੋੜ੍ਹੀਆਂ। ਇਹ ਸਾਰੀਆਂ ਚੀਜ਼ਾਂ ਦਾ ਰਲ ਮਿਲ ਕੇ ਜਿਹੜਾ ਮਿਕਸ ਹੋ ਕੇ ਟੇਸਟ ਬਹੁਤ ਹੀ ਵਧੀਆ ਆਉਂਦਾ ਅਤੇ ਨਿੰਬੂ ਪਾਣੀ ਬਹੁਤ ਹੀ ਜ਼ਿਆਦਾ ਵਧੀਆ ਬਣਦਾ। ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਭੁੰਨੇ ਹੋਏ ਜੀਰੇ ਦਾ ਪਾਊਡਰ ਉਹ ਪਾ ਦਿਆਂਗੇ, ਇਸ ਤਰ੍ਹਾਂ। ਅਤੇ ਇਹਨਾਂ ਸਾਰੇ ਮਸਾਲਿਆਂ ਨੂੰ ਨਮਕਾਂ ਨੂੰ ਮਿਕਸ ਕਰ ਲਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਵਧੀਆ। ਹੁਣ ਇਹਦੇ ਵਿੱਚ ਜਿਹੜਾ ਆਪਣੇ ਕੋਲ ਚਿਲਡ ਵਾਟਰ ਹੈ ਉਹ ਯੂਜ਼ ਕਰ ਲਾਂਗੇ, ਅਤੇ ਇਸ ਤਰ੍ਹਾਂ ਆਪਾਂ ਗਲਾਸ ਹੈ ਜਿਹੜੇ ਫੁੱਲ ਕਰ ਲਾਂਗੇ ਇਸ ਪਾਣੀ ਨਾਲ। ਅਤੇ ਆਲਮੋਸਟ ਆਪਣਾ ਪਾਣੀ ਹੈ ਜਿਹੜਾ ਨਿੰਬੂ ਪਾਣੀ ਬਣ ਕੇ ਬਿਲਕੁਲ ਰੈਡੀ ਹੋ ਚੁੱਕਿਆ। ਅਤੇ ਹੁਣ ਇਹਦੇ ਵਿੱਚ ਜਿਹੜੇ ਆਪਾਂ ਨਿੰਬੂ ਦੇ ਸਲਾਈਸਿਸ ਲੈਤੇ ਸੀ, ਲੈਮਨ ਸਲਾਈਸਿਸ, ਅਤੇ ਇਹਨਾਂ ਨੂੰ ਇੱਕ ਇੱਕ ਸਲਾਈਸ ਹੈ ਜਿਹੜਾ ਵਿੱਚ ਪਾਵਾਂਗੇ ਇਹਦੇ ਗਲਾਸ ਦੇ, ਇਸ ਤਰ੍ਹਾਂ। ਅਤੇ ਕੁਛ ਸਲਾਈਸਿਸ ਨੇ ਜਿਹੜੇ ਨਿੰਬੂ ਦੇ, ਮੈਂ ਪਹਿਲਾਂ ਹੀ ਤਿਆਰ ਕਰਕੇ ਸਾਈਡਾਂ 'ਤੇ ਕੱਟ ਲਗਾ ਕੇ ਇਹਨਾਂ ਨੂੰ ਗਲਾਸਿਸ ਨੂੰ ਡੈਕੋਰੇਟ ਕਰਨ ਲਈ ਰੱਖ ਲਏ ਸੀ। ਦੇਖੋ ਜੀ, ਹੁਣ ਆਪਣਾ ਲੈਮਨ ਵਾਲਾ ਪਾਣੀ ਹੈ ਜਿਹੜਾ ਨਿੰਬੂ ਪਾਣੀ ਬਿਲਕੁਲ ਰੈਡੀ ਹੋ ਚੁੱਕੀ ਹੈ, ਰੈਡੀ ਟੂ ਸਰਵ ਹੈ। ਆਈ ਹੋਪ ਤੁਹਾਨੂੰ ਇਹ ਰੈਸਪੀ ਅੱਛੀ ਲੱਗੀ ਹੋਊਗੀ। ਜੇ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ। ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਫੈਮਿਲੀ ਅਤੇ ਫਰੈਂਡਸ ਦੇ ਨਾਲ, ਅਤੇ ਰੈਸਪੀ ਜ਼ਰੂਰ ਟਰਾਈ ਕਰਿਓ ਘਰੇ। ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।